ਅੱਜ 9 ਜੂਨ ਸ਼ਾਮ ਰਵਿਦਾਸ ਨੌਜਵਾਨ ਸਭਾ ਮੋਹਾਲੀ ਵੱਲੋਂ ਰਵਿਦਾਸ ਭਵਨ ਫੇਸ 7 ਵਿਖੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸਰਦਾਰ ਬਲਬੀਰ ਸਿੰਘ ਸਿੱਧੂ ਦਾ ਕੈਬਨਿਟ ਮੰਤਰੀ ਬਣਨ 'ਤੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸਿੱਧੂ ਸਾਹਿਬ ਦੇ ਪਹੁੰਚਣ 'ਤੇ ਸਭਾ ਦੇ ਅਹੁਦੇਦਾਰਾਂ ਨੇ ਉਹਨਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਉਹਨਾਂ ਦਾ ਸਵਾਗਤ ਕੀਤਾ। ਜਨਰਲ ਸੈਕਟਰੀ PR ਮਾਨ ਨੇ ਸਟੇਜ ਦਾ ਸੰਚਾਲਨ ਕੀਤਾ ਅਤੇ ਸ਼੍ਰੀ RL ਕਲਸੀਆ IAS ਰਿਟਾਇਰ ਮੌਜੂਦਾ ਪੰਜਾਬ ਸਰਕਾਰ ਵੱਲੋਂ ਅਪੁਆਇੰਟਮੈਂਟ ਕੀਤੇ ਗਏ ਡਾਇਰੈਕਟਰ ਬਾਨਬਸ ਅਤੇ ਪੈਟਰਨ ਫੋਰਮ ਫਾਰ ਵੀਕਰ ਸੈਕਸ਼ਨ ਨੇ ਪ੍ਰੋਗਰਾਮ ਨੂੰ ਪ੍ਰੋਜੈਕਟ ਕੀਤਾ। ਸਭਾ ਦੇ ਪ੍ਰੈਜੀਡੈਂਟ ਸ਼੍ਰੀ GR ਕਾਲ ਨੇ ਸਿੱਧੂ ਸਾਹਿਬ ਨੂੰ ਯਾਦਗਾਰੀ ਚਿੰਨ੍ਹ ਅਤੇ ਸ਼ਾਲ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਸਭਾ ਦੇ ਪ੍ਰਧਾਨ ਸ਼੍ਰੀ ਕਲਸੀਆ ਨੇ ਸਿੱਧੂ ਸਾਹਿਬ ਦਾ ਧੰਨਵਾਦ ਕੀਤਾ ਅਤੇ ਮੰਤਰੀ ਬਣਨ 'ਤੇ ਵਧਾਈ ਦਿੱਤੀ। ਮੋਹਾਲੀ ਸ਼ਹਿਰ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਰੱਖੀਆਂ ਅਤੇ ਮੰਗਾਂ ਵੱਲ ਵੀ ਧਿਆਨ ਦਵਾਇਆ। ਸਿੱਧੂ ਸਾਹਿਬ ਨੇ ਆਪਣੇ ਸੰਖੇਪ ਜਿਹੇ ਭਾਸ਼ਣ ਵਿੱਚ ਕਿਹਾ ਕਿਉਂਕਿ ਉਹ ਇੱਕ ਕਿਸਾਨ ਦੇ ਪੁੱਤ ਹਨ, ਜਿਹੜਾ ਮਹਿਕਮਾ ਉਹਨਾਂ ਨੂੰ ਮਿਲਿਆ ਇਸ 'ਤੇ ਉਹ ਬਹੁਤ ਖੁਸ਼ ਹਨ ਅਤੇ ਪਸ਼ੂ ਪਾਲਣ ਵਿਭਾਗ ਅਤੇ ਡੇਅਰੀ ਡਿਵੈਲਪਮੈਂਟ ਅਤੇ ਕਿਰਤ ਵਿਭਾਗ ਵੀ ਅਤੇ ਤਰੱਕੀ ਲਈ ਕੰਮ ਕਰ ਰਹੇ ਹਨ ਅਤੇ ਡਿਪਾਰਟਮੈਂਟ ਵਿਖੇ ਜਿੱਥੇ ਵੀ ਸਟਾਫ ਦੀ ਲੋੜ ਹੋਵੇਗੀ ਭਰਤੀ ਕੀਤੀ ਜਾਵੇਗੀ। ਵਿਸ਼ੇਸ਼ ਤੌਰ 'ਤੇ ਉਹਨਾਂ ਨੇ ਮੋਹਾਲੀ ਨਗਰ ਨਿਗਮ ਦੇ ਕੰਮਾਂ ਬਾਰੇ ਦੱਸਿਆ। ਸ਼ਹਿਰ ਦਾ ਤਰੱਕੀ ਦਾ ਕੰਮ ਬਿਲਕੁਲ ਠੱਪ ਪਿਆ ਹੈ। ਮੋਹਾਲੀ ਦੇ ਮੇਅਰ ਕੁਲਵੰਤ ਸਿੰਘ ਨੇ ਦਰੱਖਤਾਂ ਦੀ ਮਸ਼ੀਨ ਖਰੀਦਣ ਵਿੱਚ ਵੱਡੇ ਪੈਮਾਨੇ 'ਤੇ ਵਿੱਤੀ ਹੇਰਾਫੇਰੀ ਕੀਤੀ ਅਤੇ ਸ਼ਹਿਰ ਵਿੱਚ ਮੇਅਰ ਆਪਣੇ ਪ੍ਰੋਜੈਕਟਾਂ ਦੇ ਬਿਜ਼ਨਸ ਵਿੱਚ ਜ਼ਿਆਦਾ ਧਿਆਨ ਦੇ ਰਹੇ ਹਨ। ਮੰਤਰੀ ਜੀ ਨੇ ਦੱਸਿਆ ਕਿ ਲੋਕਾਂ ਦੇ ਪਿਆਰ ਸਦਕਾ ਉਹ ਤੀਜੀ ਵਾਰ ਇੱਥੋਂ ਚੋਣ ਜਿੱਤੇ ਹਨ। ਉਹਨਾਂ ਨੇ ਹੋਰ ਕਿਹਾ ਕਿ ਲੋਕਾਂ ਦੀ ਸੇਵਾ ਵਿੱਚ ਹਮੇਸ਼ਾ ਹਾਜ਼ਰ ਰਹਿਣਗੇ ਅਤੇ ਹਰ ਮੁਸ਼ਕਲ ਦਾ ਨਿਪਟਾਰਾ ਕਰਦੇ ਰਹਿਣਗੇ। ਕੈਮਰਾਮੈਨ ਸ਼ਿਮਰਾਣ ਦੇ ਨਾਲ ਪੱਤਰਕਾਰ ਪ੍ਰਹਲਾਦ ਸਿੰਘ, AKS ਨਿਊਜ਼ ਮੋਹਾਲੀ।